ਦ ਐਨਆਰਆਈ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਅਤੇ ਦਰਸ਼ਕੋ। ਇਹਦੇ ਵਿੱਚ ਆਪਾਂ ਜਿਹੜੇ ਚਰਚਿਤ ਮਸਲੇ ਹੁੰਦੇ ਆ ਉਹਨਾਂ ਦੇ ਬਾਰੇ ਗੱਲ ਕਰਿਆ ਕਰਦੇ ਹਾਂ। ਪੈਰਿਸ ਦੇ ਵਿੱਚ ਜਿੱਥੇ ਓਲੰਪਿਕ ਖੇਡਾਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਭਾਰਤ ਨੇ ਵੀ ਖਾਤਾ ਖੋਲ੍ਹ ਲਿਆ ਵਾ, ਜਿਸ ਤਰ੍ਹਾਂ ਦੂਸਰੇ ਦੇਸ਼ਾਂ ਨੇ ਤਗਮੇ ਜਿੱਤੇ ਨੇ ਉਸ ਤਰ੍ਹਾਂ ਤਾਂ ਭਾਵੇਂ ਹਜੇ ਨਹੀਂ ਹੋ ਸਕਦਾ ਹੈ, ਇਸ ਵਾਰ ਕੁਝ ਬੱਲਾਂ ਭਾਰਤ ਮਾਰ ਲਵੇ। ਹੁਣ ਜਿਸ ਤਰ੍ਹਾਂ ਜਿਮਨਾਸਟਿਕਾ ਕੁਝ ਖੇਡਾਂ ਜਿਹਦੇ ਵਿੱਚ ਚੀਨ ਜਪਾਨ ਹੀ ਹਮੇਸ਼ਾ ਅੱਗੇ ਰਹਿੰਦੇ ਨੇ। ਹਾਕੀ ਇੱਕ ਅਜਿਹੀ ਖੇਡ ਸੀ ਜਿਹਦੇ ਵਿੱਚ ਭਾਰਤ ਨੇ ਬਹੁਤ ਵਾਰ ਜਦੋਂ ਗੁਲਾਮ ਹੁੰਦਿਆਂ ਹੋਇਆਂ ਵੀ ਓਲੰਪਿਕ ਜਿੱਤਿਆ ਅਤੇ ਹੁਣ ਉਹ ਪੁਜੀਸ਼ਨ ਭਾਰਤ ਦੀ ਉਹ ਨਹੀਂ ਰਹੀ। ਇਸ ਵਾਰ ਦੇਖੋ ਕਿੰਨਾ ਕੁ ਮਾਰਕਾ ਵੱਜਦਾ ਵਾ, ਪਰ ਇਹ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਨੇ ਅਤੇ ਮੁਕਾਬਲੇ ਹੋਣੇ ਨੇ, ਉਹਦੇ ਵਿੱਚ ਪਤਾ ਲੱਗ ਜਾਏਗਾ ਕਿ ਕਿਹੜਾ ਦੇਸ਼ ਕਿੰਨੇ ਕੁ ਪਾਣੀ ਦੇ ਵਿੱਚ ਆ। ਹੁਣ ਇਸ ਵੇਲੇ ਵੀ ਆਸਟ੍ਰੇਲੀਆ, ਚੀਨ ਅਤੇ ਸਾਊਥ ਕੋਰੀਆ ਉਹ ਜਿਹੜੇ ਕਾਫੀ ਜਿਹੜੇ ਮੈਡਲ ਨੇ ਉਹ ਜਿੱਤ ਰਹੇ ਨੇ ਅਤੇ ਭਾਰਤ ਨੇ ਚਲੋ ਇੰਨਾ ਬੜਾ ਵਾ ਵੀ ਖਾਤਾ ਖੋਲ੍ਹਿਆ। ਇੱਕ ਹੋਰ ਬੜਾ ਮਸਲਾ ਵਾ ਕਿ ਪੰਜਾਬ ਦਾ ਜਿਹੜਾ ਰਾਜਪਾਲ ਸੀਗਾ ਉਹ ਬਦਲ ਦਿੱਤਾ ਗਿਆ ਵਾ, ਕਿਉਂਕਿ ਰਾਜਪਾਲ ਦੇ ਨਾਲ ਕਾਫੀ ਮਤਭੇਦ ਮਾਨ ਸਰਕਾਰ ਦੇ ਚੱਲ ਰਹੇ ਸੀ ਅਤੇ ਉਹ ਰੋਹਤ ਸਾਹਿਬ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਬਦਲ ਦਿੱਤਾ ਗਿਆ ਅਤੇ ਉਹਨਾਂ ਦੇ ਨਾਂ 'ਤੇ ਗੁਲਾਬ ਚੰਦ ਕਟਾਰੀਆ ਜਿਹੜਾ ਵਾ ਉਹ ਗਵਰਨਰ ਜਿਹੜਾ ਲਾ ਦਿੱਤਾ ਗਿਆ ਵਾ। ਅਤੇ ਮਾਨ ਨੇ ਵੀ ਇਹ ਇੱਛਾ ਜ਼ਾਹਰ ਕੀਤੀ ਆ ਕਿ ਹੁਣ ਸ਼ਾਇਦ ਜਿਹੜੇ ਪੰਜਾਬ ਸਰਕਾਰ ਦੇ ਅਤੇ ਰਾਜਪਾਲ ਦੇ ਮਤਭੇਦ ਸੀ ਉਹ ਦੂਰ ਹੋ ਜਾਣ, ਕਿਉਂਕਿ ਦੋਵਾਂ ਨੂੰ ਮਿਲ ਕੇ ਚੱਲਣ ਦੀ ਲੋੜ ਹੁੰਦੀ ਆ। ਬੜੀਆਂ ਅਹਿਮ ਮਸਲਿਆਂ 'ਤੇ ਇੱਕ ਦੂਜੇ ਦੇ ਨਾਲ ਸਹਿਮਤੀ ਲੈਣੀ ਪੈਂਦੀ ਹੈ, ਕਿਉਂਕਿ ਜਿਹੜੇ ਬਿੱਲ ਪਾਸ ਹੁੰਦੇ ਨੇ ਰਾਜਪਾਲ ਵੱਲੋਂ ਅਖੀਰ 'ਚ ਪਾਸ ਕਰਨੇ ਹੁੰਦੇ ਨੇ ਅਤੇ ਜੇ ਰਾਜਪਾਲ ਹੀ ਪਾਸ ਕਰ ਨਹੀਂ ਕਰਦਾ ਉਹਨਾਂ ਨੂੰ ਤਾਂ ਫਿਰ ਜਿਹੜੇ ਬਿੱਲ ਨੇ ਅਦਵਾਟੇ ਰਹਿ ਜਾਂਦੇ ਨੇ, ਕਿਉਂਕਿ ਸਾਡੇ ਲੋਕਤੰਤਰ ਵਾਸਤੇ ਵੈਸੇ ਤਾਂ ਮਾੜੀ ਗੱਲ ਆ ਕਿ ਜਿਹੜੀ ਪ੍ਰਕਿਰਿਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਉਹਨੂੰ ਸਾਰਿਆਂ ਨੂੰ ਜਿਹੜਾ ਸਮਝਣਾ ਚਾਹੀਦਾ ਅਤੇ ਸਮਝਣ ਦੀ ਲੋੜ ਹੁੰਦੀ ਆ। ਅਤੇ ਆਸ ਕਰਦੇ ਹਾਂ ਕਿ ਨਵੇਂ ਰਾਜਪਾਲ, ਕਾਫੀ ਵਾਰ ਇਹ ਚੋਣਾਂ ਜਿੱਤੇ ਨੇ ਰਾਜਸਥਾਨ ਤੋਂ, MP ਵੀ ਰਹੇ ਨੇ ਇੱਕ ਵਾਰ ਅਤੇ ਬੜਾ ਵੱਡਾ ਇਹਨਾਂ ਦਾ ਜ਼ਿੰਦਗੀ ਦਾ ਤਜਰਬਾ ਵਾ, ਅਸਾਮ ਦੇ ਗਵਰਨਰ ਹੀ ਸੀ ਇਸ ਤੋਂ ਪਹਿਲਾਂ, ਇਸ ਕਰਕੇ ਸਾਰੇ ਜਾਣੇ ਆਸ ਕਰਦੇ ਨੇ ਕਿ ਜਿਹੜੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਜੀ ਇਹ ਸਹੀ ਢੰਗ ਦੇ ਨਾਲ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਕੰਮ ਕਰਨਗੇ। ਅਤੇ ਦਰਸ਼ਕੋ ਬਿੱਟੂ ਜੀ ਜਿਹੜੇ ਰੇਲਵੇ ਮੰਤਰੀ ਵੀ ਨੇ ਸੁਨਾਮ ਦੇ ਵਿੱਚ ਆਏ ਨੇ, ਚੰਗੀ ਗੱਲ ਆ, ਸ਼ਹੀਦਾਂ ਨੂੰ ਯਾਦ ਕਰਨਾ, ਉਹਨਾਂ ਨੇ ਯਾਦ ਕੀਤਾ, ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਅਤੇ ਉੱਥੇ ਲੋਕਾਂ ਵੱਲੋਂ ਮੰਗ ਵੀ ਕੀਤੀ ਗਈ ਆ ਕਿ ਇੱਕ ਸੁਪਰਫਾਸਟ ਗੱਡੀ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ। ਅਤੇ ਉਹਨਾਂ ਨੇ ਵੀ ਅੱਗੋਂ ਹਾਂ ਪੱਖੀ ਅਤੇ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਕਰਦਿਆਂ ਇੱਕ ਗੱਲ ਉਹਨਾਂ ਬਹੁਤ ਕਹੀ ਹੈ ਕਿ ਜਿਹੜੇ MSP ਦੀ ਮੰਗ ਕਰਦੇ ਨੇ ਸਾਰੀਆਂ ਫਸਲਾਂ 'ਤੇ ਸਾਰੇ ਦੇਸ਼ ਵਿੱਚ, ਉਹ ਦੇਸ਼ ਦੇ ਨਾਲ ਧਰੋਕਰਾ ਕਮਾ ਰਹੇ ਨੇ। ਉਹਨਾਂ ਨੇ ਕਿਸਾਨ ਜਥੇਬੰਦੀਆਂ 'ਤੇ ਵੀ ਕਾਫੀ ਵੱਡੇ ਇਲਜ਼ਾਮ ਜਿਹੜੇ ਆ ਲਾਏ ਨੇ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ 70 ਦੇ ਲਗਭਗ ਜਿਹੜੀਆਂ ਨਕਲੀ ਜਥੇਬੰਦੀਆਂ ਕਿਸਾਨਾਂ ਦੀਆਂ ਬਣ ਚੁੱਕੀਆਂ ਨੇ। ਅਸੀਂ ਨਹੀਂ ਕਹਿੰਦੇ, ਇਹ ਬਿੱਟੂ ਜੀ ਕਹਿ ਰਹੇ ਨੇ। ਅਤੇ ਠੀਕ ਆ ਕਿ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਬਹੁਤ ਜ਼ਿਆਦਾ ਨੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਨਕਲੀ ਆਪਾਂ ਨੂੰ ਉਹਨਾਂ ਨੂੰ ਨਹੀਂ ਕਹਿ ਸਕਦੇ। ਜਿਹੜੀਆਂ ਕਿਸਾਨ ਜਥੇਬੰਦੀਆਂ ਜਥੇਬੰਦੀ ਦੇ ਨਾਲ ਮਤਭੇਦ ਹੁੰਦੇ ਰਹੇ ਨੇ ਅਤੇ ਉਹ ਆਪਦੀ ਵੱਖਰੀ ਬਣਾ ਲੈਂਦੇ ਨੇ, ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈਗੀ। ਦੇਸ਼ ਤੋਂ ਪਹਿਲਾਂ ਵੀ ਕਈ ਕਿਸਾਨ ਜਥੇਬੰਦੀਆਂ ਸੀ, ਪੰਜਾਬ ਕਿਸਾਨ ਸਭਾ ਸੀ, ਕਿਰਤੀ ਕਿਸਾਨ ਸਭਾ ਸੀ, ਹੋਰ ਵੀ ਆ, ਹੁਣ ਵੀ ਆ, ਬਹੁਤ ਸਾਰੀਆਂ ਜਥੇਬੰਦੀਆਂ ਅੱਜ ਕੰਮ ਕਰ ਰਹੀਆਂ ਨੇ।
ਅਤੇ ਪਰ ਇਸ ਤਰ੍ਹਾਂ ਦਾ ਜਥੇਬੰਦੀਆਂ 'ਤੇ ਇਲਜ਼ਾਮ ਲਾਉਣਾ ਮੈਂ ਕਹਿੰਦਾ ਠੀਕ ਨਹੀਂ ਗਾ। ਕਿਸਾਨ ਜਥੇਬੰਦੀਆਂ ਨੂੰ ਇਹ ਕਹਿਣਾ ਕਿ ਕਾਂਗਰਸ ਅਤੇ ਆਪਦੇ ਹੱਥਾਂ 'ਚ ਖੇਡ ਰਹੇ ਨੇ, ਕਿਉਂਕਿ ਜਦੋਂ MSP ਦੀ ਮੰਗ ਕਰ ਰਹੇ ਨੇ ਅਤੇ ਸਾਰਿਆਂ ਨੂੰ ਮਿਲਦੇ ਨੇ, ਸਾਰੇ MPਆਂ ਨੂੰ ਮੰਗ ਪੱਤਰ ਦਿੱਤੇ ਨੇ ਕਿਸਾਨ ਜਥੇਬੰਦੀਆਂ ਨੇ, ਲਗਾਤਾਰ ਇਹ ਪ੍ਰਕਿਰਿਆ ਚੱਲਦੀ ਆ। ਜ਼ਿਲ੍ਹਾ ਪੱਧਰ 'ਤੇ ਜਿਹੜੇ ਧਰਨੇ ਨੇ ਹੁਣ 15 ਅਗਸਤ ਨੂੰ, ਟਰੈਕਟਰ ਮਾਰਚ ਆ, ਹੋਰ ਵੀ ਜਿਹੜੇ ਐਕਸ਼ਨ ਨੇ ਨਵੇਂ ਸਮੇਂ ਤੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਲਿਖਦੀਆਂ ਆਈਆਂ ਨੇ, ਅਤੇ ਜਦੋਂ ਹੁਣ ਹਾਕਮ ਧਿਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ, ਉਹ ਦਿੱਲੀ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਜਾਣ ਨਹੀਂ ਦਿੱਤਾ, ਤਾਂ ਫਿਰ ਕੋਈ ਤਾਂ ਜ਼ਰੀਆ ਹੋਣਾ ਚਾਹੀਦਾ ਨਾ ਆਪਦੀ ਗੱਲ ਪਹੁੰਚਾਉਣ ਦਾ। ਅਤੇ ਜੇ ਹੁਣ ਰਾਹੁਲ ਗਾਂਧੀ ਨੂੰ ਮਿਲ ਰਹੇ ਨੇ, ਅਤੇ ਇਹਨੂੰ ਉਹਨਾਂ ਨੇ ਦੂਜੇ ਸ਼ਬਦਾਂ ਦੇ ਵਿੱਚ ਕਿਹਾ ਕਿ ਇਹਦੇ ਪਿੱਛੇ ਕਾਂਗਰਸ 'ਤੇ ਜਿਹੜਾ ਆਪਦਾ ਹੱਥ ਸੀ ਕਿਸਾਨ ਜਥੇਬੰਦੀਆਂ ਦੇ, ਤਾਂ ਹੀ ਅੰਦੋਲਨ ਸ਼ੁਰੂ ਕੀਤਾ ਅਤੇ ਤਾਂ ਹੀ BJP ਦਾ ਜਿਹੜਾ ਵਿਰੋਧ ਕਰ ਰਹੇ ਨੇ, ਅਜਿਹੀ ਗੱਲ ਨਹੀਂ। ਜਿਹੜਾ ਵਿਰੋਧ ਕਰਨਾ ਉਹਦੇ ਵਾਸਤੇ ਬਕਾਇਦਾ ਇੱਕ ਪ੍ਰਸ਼ਨਾਵਲੀ ਕਿਸਾਨ ਮੋਰਚੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੀ ਗਈ ਸੀ ਵੀ ਆਹ ਜਿਹੜੇ ਸ਼ਬਦ ਆ, ਜਿਹੜੇ ਇਹ ਸਵਾਲ ਆ ਜਿਹੜੇ ਲੀਡਰਾਂ ਨੂੰ ਪੁੱਛੇ ਜਾਣੇ ਨੇ, ਉਹ ਇਹ ਨਹੀਂ ਸੀਗਾ ਵੀ ਇਕੱਲਾ BJP ਨੂੰ, ਦੂਸਰੀਆਂ ਨੂੰ ਵੀ, ਕਿਉਂਕਿ BJP ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਸੀ, ਇਸ ਕਰਕੇ ਉਹ ਵੱਧ ਜ਼ਿੰਮੇਵਾਰ ਸੀ ਅਤੇ ਉਹਨਾਂ ਦੇ ਲੀਡਰਾਂ ਤੋਂ ਵੱਧ ਜਿਹੜੇ ਸਵਾਲ ਪੁੱਛੇ ਗਏ ਨੇ। ਹੁਣ ਜੇ ਮੰਨ ਲਓ ਕਿਸੇ ਪਾਰਟੀ ਦਾ ਰਾਜ ਹੀ ਨਹੀਂ, ਜਿਹੜੀ ਸੱਤਾ ਦੇ ਵਿੱਚ ਹੀ ਨਹੀਂ, ਉਹਨੂੰ ਆਪਾਂ ਕੀ ਸਵਾਲ ਪੁੱਛਾਂਗੇ? ਸਵਾਲ ਤਾਂ ਹਮੇਸ਼ਾ ਜਿਹੜੀ ਸੱਤਾ ਦੇ ਵਿੱਚ ਹੋਵੇ। ਐਕਤੀ ਬਹੁਤ ਸਾਰੇ ਸਵਾਲ ਜਵਾਬ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਹੋਏ ਨੇ, ਕਿਉਂਕਿ ਉਹ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ, ਅਤੇ ਜਿਹੜੇ ਸੱਤਾ ਤੋਂ ਬਾਹਰ ਹੁੰਦੇ ਆ ਉਹਨਾਂ ਦੇ ਨਾਲ ਸਵਾਲ ਜਵਾਬ ਉਸ ਢੰਗ ਦੇ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਕੋਲ ਪਾਵਰ ਨਹੀਂ ਹੁੰਦੀ। ਅਤੇ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੁੰਦੀ, ਜਿਹੜੀ ਪਾਰਟੀ, ਉਹਦੇ ਹੱਥੀ ਸੱਤਾ ਹੁੰਦੀ ਆ, ਅਤੇ ਉਹ ਹੀ ਜਿਹੜੇ ਮਸਲੇ ਆ ਹੱਲ ਕਰ ਸਕਦੀ ਆ। ਅਤੇ ਇਸ ਕਰਕੇ ਜਿਹੜੇ BJP ਨੂੰ ਸਵਾਲ ਹੋਏ ਨੇ, ਮੈਂ ਸਮਝਦਾ ਇਹ ਕੋਈ ਗੁੱਸੇ ਵਾਲੀ ਗੱਲ ਨਹੀਂ, ਅਤੇ ਉਹਨਾਂ ਦਾ ਵਿਰੋਧ ਹੋਣਾ ਕੁਦਰਤੀ ਸੀਗਾ, ਕਿਉਂਕਿ ਕਿਸਾਨ ਅੰਦੋਲਨ ਵੇਲੇ ਵੀ ਜਿਹੜਾ ਦਿੱਲੀ ਦੇ ਵਿੱਚ ਚੱਲਿਆ, ਉਦੋਂ ਵੀ ਕਾਫੀ ਦੂਰੀਆਂ BJP ਦੀਆਂ ਅਤੇ ਕਿਸਾਨਾਂ ਦੀਆਂ ਬਣ ਚੁੱਕੀਆਂ ਸੀਗੀਆਂ। ਹਾਂ, ਜੇ ਹੁਣ ਕਿਸਾਨ ਜਿਹੜੀਆਂ ਯੂਨੀਅਨ ਨੇ, ਜਿਹੜੀਆਂ ਮੰਗਾਂ ਨੇ, ਜੇ ਹੁਣ BJP ਉਹਨਾਂ ਨਾਲ ਸਿਧਾਂਤਕ ਤੌਰ 'ਤੇ ਸਹਿਮਤ ਨਹੀਂ, ਤਾਂ ਇਹ ਇੱਕ ਵੱਖਰੀ ਗੱਲ ਆ, ਪਰ ਕਿਸਾਨਾਂ ਨੇ ਤਾਂ ਆਪਣੀ ਮੰਗ ਕਰਨੀ ਆ ਨਾ। ਹੁਣ ਜਿਸ ਤਰ੍ਹਾਂ ਬਿੱਟੂ ਜੀ ਨੇ ਕਿਹਾ ਕਿ MSP ਦੇਸ਼ ਲਈ, ਪੰਜਾਬ ਲਈ ਘਾਤਕ ਆ, ਕਿਉਂਕਿ ਜੇ ਸਾਰੀਆਂ ਫਸਲਾਂ 'ਤੇ ਸਾਰੇ ਦੇਸ਼ ਦੇ ਵਿੱਚ MSP ਲਾਗੂ ਹੋ ਜਾਂਦੀ ਹੈ, ਤਾਂ ਫਿਰ ਜਿਹੜਾ ਕੇਂਦਰੀ ਪੂਲ ਦੇ ਵਿੱਚ ਜਿੰਨਾ ਅਨਾਜ ਪੰਜਾਬ ਦਾ ਖਰੀਦਿਆ ਜਾਂਦਾ, ਉਹਨਾਂ ਕੇਂਦਰ ਨਹੀਂ ਖਰੀਦ ਸਕੇਗਾ। ਇਹਦੇ ਨਾਲ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਇਹ ਗੱਲਾਂ ਕਿੰਨੀਆਂ ਸੱਚ ਨੇ, ਇਹ ਤਾਂ ਜਿਹੜੇ ਮਾਹਿਰ ਨੇ ਉਹੀ ਦੱਸ ਸਕਦੇ ਨੇ, ਪਰ ਮੈਨੂੰ ਲੱਗਦਾ ਵੀ ਜਿਹੜੀ ਇਹ ਚਿੱਕਰਚਾਰੀ ਹੋ ਰਹੀ ਆ, ਇਹ ਇਲੈਕਸ਼ਨਾਂ ਵੇਲੇ ਵੀ ਹੁੰਦੀ ਰਹੀ ਆ, ਕਿਉਂਕਿ ਬਿੱਟੂ ਜੀ ਦੇ ਬਿਆਨ ਜਿਹੜੇ ਨੇ ਹਮੇਸ਼ਾ ਹੀ ਥੋੜ੍ਹੇ ਜਿਹੇ ਖਰਵੇ ਹੁੰਦੇ ਨੇ, ਅਤੇ ਇਸੇ ਤਰ੍ਹਾਂ ਹੀ ਇਹਨਾਂ ਨੇ ਕਿਸਾਨ ਜਥੇਬੰਦੀਆਂ 'ਤੇ ਵੀ ਅੱਜ ਜਿਹੜੀ ਗੱਲ ਕੀਤੀ ਆ, ਅਤੇ ਉਹ ਇੱਕ ਹਿਸਾਬ ਦੀ ਆਪਾਂ ਕਹਿ ਸਕਦੇ ਹਾਂ ਕਿ ਉਸਦੀ ਲੋੜ ਨਹੀਂ ਸੀ। ਦੂਸਰੀ ਗੱਲ ਆ, ਦਿੱਲੀ ਦੇ ਵਿੱਚ ਜਿਹੜਾ ਬੇਸਮੈਂਟ ਹਾਦਸਾ ਹੋਇਆ ਵਾ, ਕਿ ਜਿਹੜੇ ਬੇਸਮੈਂਟ ਬਣਾ ਲੈਂਦੇ ਨੇ, ਥੱਲੇ ਕਮਰੇ ਬਣਾ ਲੈਂਦੇ ਨੇ, ਉਹਦੇ ਵਿੱਚ 3 ਜਿਹੜੇ UPSC ਦੇ ਪ੍ਰੀਖਿਆਰਥੀ ਸੀ, ਤਿਆਰੀ ਕਰ ਰਹੇ ਆ, ਉਹਨਾਂ ਦੀ ਮੌਤ ਹੋ ਗਈ ਆ। ਬੜੇ ਅਫਸੋਸ ਦੀ ਗੱਲ ਆ ਕਿ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਲੋਕਾਂ ਨੂੰ ਰਹਿਣਾ ਪੈਂਦਾ। ਹਾਂ, ਇੱਕ ਗੱਲ ਵੱਖਰੀ ਗੱਲ ਆ ਵੀ ਹੁਣ ਆਪਣਾ ਜਿਹੜਾ ਜ਼ਿੰਦਗੀ ਜੀਣ ਦਾ ਢੰਗ ਤਰੀਕਾ ਵੱਖਰਾ ਬਣ ਚੁੱਕਿਆ। ਮੈਂ ਕਈ ਵਾਰ ਵੇਖਦਾ ਹੁੰਦਾ ਵੀ ਹੁਣ ਵੱਡੇ ਵੱਡੇ ਸ਼ਹਿਰਾਂ 'ਚ ਜਾਈਦਾ ਵਾ, ਅੰਮ੍ਰਿਤਸਰ, ਚੰਡੀਗੜ੍ਹ, ਜਲੰਧਰ ਵੀ, ਅਤੇ ਜਿਹੜੇ ਜ਼ਮੀਨ ਦੋਸ਼ ਨੇ ਉਹ ਮਕਾਨ ਬਹੁਤ ਬਣ ਰਹੇ ਨੇ, ਉਹਨਾਂ ਦੇ ਵਿੱਚ ਪਾਣੀ ਭਰਨਾ, ਪਾਸਿਓਂ ਸਿਮ ਜਾਣਾ, ਅਤੇ ਇਹ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਰੀਟੇਕ ਬਿਲਡਿੰਗਾਂ ਦੇ ਮਾਹਰ ਨੇ, ਇੰਜੀਨੀਅਰ ਨੇ, ਉਹਨਾਂ ਨੂੰ ਇਹਦੇ ਬਾਰੇ ਆਪਣੀ ਰਾਏ ਦੇਣੀ ਚਾਹੀਦੀ ਹੈ ਕਿ ਜਿਹੜੇ ਜ਼ਮੀਨ ਦੋਸ਼ ਆ, ਮਕਾਨ ਕਿੰਨੇ ਕੁ ਸੁਰੱਖਿਅਤ ਨੇ। ਮੀਂਹ ਤਾਂ ਭਾਰੀ ਵੀ ਪੈ ਸਕਦਾ ਵਾ, ਜ਼ਿਆਦਾ ਵੀ ਪੈ ਸਕਦਾ ਵਾ, ਕਿਉਂਕਿ ਫਿਰ ਉਹਨਾਂ ਨੂੰ ਜ਼ਿਆਦਾ ਉੱਚੇ ਨਹੀਂ ਬਣਾਇਆ ਜਾ ਸਕਦਾ ਵੀ ਆਪਾਂ ਬਹੁਤ ਉੱਚਾ ਬਣਾ ਲਈਏ,
ਜਿਹਦੇ ਵਿੱਚ ਪਾਣੀ ਨਾ ਲੱਗ ਸਕਦਾ ਅਤੇ ਪਾਣੀ ਸਾਈਡਾਂ ਤੋਂ ਵੀ ਸਿੰਮ ਸਕਦਾ ਵਾ। ਇਸ ਕਰਕੇ ਮੈਂ ਕਹਿੰਦਾ ਵੀ ਜਿਹੜੀ ਇਹ ਪਰੰਪਰਾ ਹੀ ਚੱਲੀ ਆਉਂਦੀ ਆ ਥੱਲੇ ਮਕਾਨ ਬਣਾਉਣ ਦੀ, ਇਹਦੇ ਉੱਤੇ ਜ਼ਰੂਰ ਆ। ਸ਼ਹਿਰਾਂ ਦੇ ਵਿੱਚ ਠੀਕ ਆ, ਜ਼ਮੀਨਾਂ ਮਹਿੰਗੀਆਂ ਹੁੰਦੀਆਂ ਨੇ ਅਤੇ ਅਗਲਾ ਕਹਿੰਦਾ ਵੀ ਥੱਲੇ ਇੱਕ ਥੱਲੇ ਬਣਾ ਲਓ, ਇੱਕ ਉੱਤੇ ਬਣਾ ਲਓ, ਤਾਂ ਤਾਂ ਅਸਮਾਨ ਦੇ ਵਿੱਚ ਜਿੰਨਾ ਵਧੀ ਜਾਓ ਕੋਈ ਪਾਬੰਦੀ ਨਹੀਂ। ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਖਤਰਨਾਕ ਹੋ ਸਕਦਾ ਵਾ। ਵੇਖੋ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ UPSC ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ ਉਹਨਾਂ ਦੀ ਮੌਤ ਹੋਣੀ, ਕੋਈ ਵਿਚਾਰਾ UP ਦਾ, ਕੋਈ ਤੇਲੰਗਾਨਾ ਦਾ ਅਤੇ ਕੇਰਲਾ ਦਾ, ਬੜੀ ਮੰਦਭਾਗੀ ਘਟਨਾ ਵਾ। ਸਰਕਾਰਾਂ ਨੂੰ ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ। ਜਿਹੜੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਰਹਿਣ ਸਹਿਣ ਦੇ ਜਿਹੜੇ ਪ੍ਰਬੰਧ ਨੇ ਉਹਨਾਂ 'ਤੇ ਨਿਗਾਹ ਰੱਖਣੀ ਚਾਹੀਦੀ ਆ, ਅਤੇ ਤਾਂ ਕਿ ਅਜਿਹੀਆਂ ਜਿਹੜੀਆਂ ਘਟਨਾਵਾਂ ਨਾ ਵਾਪਰ ਸਕਣ। ਹੁਣ ਤਾਂ ਇਹ ਹੁੰਦਾ ਵੀ ਇੱਕ ਦੂਜੇ 'ਤੇ ਜਿਹੜਾ ਇਲਜ਼ਾਮ ਲਾਈ ਜਾਓ, ਦੂਜੀ ਪਾਰਟੀ ਦੂਜੀ 'ਤੇ ਇਲਜ਼ਾਮ ਲਾਉਣਾ ਸ਼ੁਰੂ ਕਰਦੀ, ਦੂਜੀ 'ਤੇ, ਬਸ ਜਿਹੜਾ ਮਸਲਾ ਵਾ ਉਹ ਉਵੇਂ ਦਾ ਉਵੇਂ ਜਿਹੜਾ ਵਾ ਰਹਿ ਜਾਂਦਾ। ਅਤੇ ਆਪਾਂ ਬਿੱਟੂ ਜੀ ਦੀ ਗੱਲ ਕਰ ਰਹੇ ਸੀ, ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ 'ਤੇ ਵੀ ਸਵਾਲ ਚੁੱਕੇ ਨੇ ਵੀ ਉਹ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਨਹੀਂ ਗਿਆ, ਜਦੋਂ ਜਾਂਦੇ ਹੀ ਨਹੀਂ ਤਾਂ ਫਿਰ ਮਿਲਣਾ ਕੀ। ਅਤੇ ਮੁੱਖ ਮੰਤਰੀ ਸਾਹਿਬ ਦਾ ਇਹ ਹੁੰਦਾ ਵੀ ਜਦੋਂ ਮਿਲਣਾ ਹੀ ਨਹੀਂ ਤਾਂ ਫਿਰ ਜਾਇਆ ਕਾਹਦੇ ਵਾਸਤੇ ਜਾਵੇ। ਮਮਤਾ ਬੈਨਰਜੀ ਵੀ ਮੀਟਿੰਗ ਛੱਡ ਕੇ ਵਿੱਚ ਹੀ ਚਲੇ ਗਈ, ਕੁਝ ਸਟੇਟਾਂ ਦੇ ਹੋਰ ਵੀ ਜਿਹੜੇ ਮੁੱਖ ਮੰਤਰੀ ਆ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਆਏ। ਅਤੇ ਇਸ ਸੰਬੰਧੀ ਜਿਹੜਾ BJP ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਕਿਉਂ ਅਜਿਹੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕਿਉਂ ਜਿਹੜੇ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀ ਆ ਉਹ ਨਹੀਂ ਆ ਰਹੇ। ਜੇ ਉਹਨਾਂ ਦਾ ਬਣਦਾ ਹੱਕ ਆ ਉਹ ਇਹਨਾਂ ਨੂੰ ਦੇਣਾ ਚਾਹੀਦਾ। ਅਤੇ ਦੂਸਰੇ ਬੰਨੇ ਮੁੱਖ ਮੰਤਰੀ ਸਾਹਿਬ ਨੇ ਵੀ 1000 ਕਰੋੜ ਕਿਹਾ ਵੀ ਕੇਂਦਰ ਮਾਰ ਕੇ ਬੈਠਾ ਵਾ, ਉਹ ਦੇ ਨਹੀਂ ਰਿਹਾ। ਅਤੇ ਮਾੜੀ ਗੱਲ ਆ, ਕੇਂਦਰ ਨੂੰ ਵੀ ਜਿਹੜੇ ਪੈਸੇ ਆ ਉਹ ਜਾਰੀ ਕਰ ਦੇਣੇ ਚਾਹੀਦੇ ਆ ਇਹਨਾਂ ਦਿਨਾਂ ਦੇ ਵਿੱਚ। ਬਾਰਿਸ਼ ਟੁੱਟਵੀਂ ਜੀ ਪੰਜਾਬ ਦੇ ਵਿੱਚ ਹੋ ਰਹੀ ਆ, ਕਿਤੇ ਕਿਤੇ ਹੋ ਜਾਂਦੀ ਆ। ਅਤੇ ਸਾਡੇ ਇਲਾਕੇ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦਾ ਮੀਂਹ ਬਿਲਕੁਲ ਨਹੀਂ ਪਿਆ, ਕਈ ਦਿਨਾਂ ਤੋਂ ਅਡੀਕ ਕੀਤੀ ਜਾ ਰਹੀ ਹੈ। ਬੱਦਲਵਾਈ ਥੋੜ੍ਹੀ ਬਹੁਤੀ ਜ਼ਰੂਰ ਅਸਮਾਨ 'ਤੇ ਛਾਈ ਰਹਿੰਦੀ ਆ, ਅਤੇ ਉਹ ਥੋੜ੍ਹੀ ਥੋੜ੍ਹੀ ਬੱਦਲਵਾਈ ਛਾਉਣ ਦੇ ਨਾਲ ਕਈ ਵਾਰ ਜਿਹੜਾ ਗਰਮੀ ਆ ਹੁੰਮਸ ਆ ਉਹ ਜ਼ਿਆਦਾ ਵੱਧ ਜਾਂਦੀ ਆ। ਅਤੇ ਇਸ ਵੇਲੇ ਹੁੰਮਤ ਭਰਿਆ ਮੌਸਮ ਜਿਹੜਾ ਪੰਜਾਬ ਦਾ, ਉਹਦੇ ਤੋਂ ਕਦੋਂ ਰਾਹਤ ਮਿਲੇਗੀ ਇਹ ਨਹੀਂ ਆਪਾਂ ਕਹਿ ਸਕਦੇ। ਆਮ ਮੌਸਮ ਵਿਭਾਗ ਦੀਆਂ ਜਾਂ ਵੱਖ ਵੱਖ ਇੰਟਰਨੈਟ 'ਤੇ ਤਾਂ ਸੁਣੀਦਾ ਵੀ ਅੱਜ ਇਹ ਹੋ ਜਾਣਾ, ਅੱਜ ਇਹ ਹੋ ਜਾਣਾ, ਪਰ ਹੁੰਦਾ ਹੁੰਦਾ ਕੁਛ ਨਹੀਂ ਗਾ, ਕਿਉਂਕਿ ਕੁਦਰਤ ਆਪਦੇ ਨਿਯਮ ਦੇ ਮੁਤਾਬਕ ਚੱਲਦੀ ਆ। ਉਹਨਾਂ ਨੇ ਇੰਟਰਨੈਟ ਦੇ ਮੁਤਾਬਕ ਰੀਟੇਕ ਕੁਦਰਤ ਨੇ ਇੰਟਰਨੈਟ ਦੇ ਮੁਤਾਬਕ ਜਿਹੜਾ ਨਹੀਂ ਚੱਲਣਾ ਹੁੰਦਾ। ਅਤੇ ਕਾਫੀ ਹੁਣ ਜਿਹੜੀਆਂ ਮੰਗਾਂ ਨੇ ਕਿਸਾਨ ਜਥੇਬੰਦੀਆਂ ਦੀ ਤਾਂ ਚੱਲ ਹੀ ਰਹੀ ਆ, ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹ ਵੀ ਜਿਹੜਾ ਆਪਣੇ ਸੰਘਰਸ਼ਾਂ ਦੇ ਵਿੱਚ ਪੈ ਗਈਆਂ ਨੇ। ਮੁੱਖ ਮੰਤਰੀ ਕੋਠੀ ਦਾ ਘਿਰਾਓ, ਜਿਹੜੇ ਬੇਰੁਜ਼ਗਾਰ ਅਤੇ ਸੀਗੇ ਕੋਠੀ ਮੁੱਖ ਮੰਤਰੀ ਦੀ ਕਿਸੇ ਨੇ ਗਏ ਪੁਲਿਸ ਦੇ ਨਾਲ, ਉਹਨਾਂ ਦੀ ਕਾਫੀ ਖਿਸ਼ਤ ਹੋਈ ਆ। ਸਰਕਾਰਾਂ ਨੂੰ ਚਾਹੀਦਾ ਵੀ ਜੇ ਮੰਗਾਂ ਮੰਨਣੀਆਂ ਤਾਂ ਪਹਿਲਾਂ ਹੀ ਮੰਨ ਲੈਣ, ਇੱਥੋਂ ਤੱਕ ਨੌਕਤਾ ਨਾ ਆਵੇ, ਨਾ ਵਿਚਾਰੇ ਜਿਹੜੇ ਬੇਰੁਜ਼ਗਾਰ ਨੇ ਉਹ ਦੁਖੀ ਹੋਣ, ਅਤੇ ਨਾ ਪੁਲਿਸ ਵਾਲੇ ਸਾਡੇ ਵੀਰ ਦੁਖੀ ਹੋਣ, ਨਾ ਲੋਕਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਵਿਘਨ ਪਵੇ ਆਵਾਜਾਈ ਦੇ ਵਿੱਚ। ਇਹ ਬੜੀ ਮੰਦਭਾਗੀ ਘਟਨਾ ਵਾ ਕਿ ਜਿਹੜਾ ਪੁਲਿਸ ਦਾ ਅਤੇ ਜਿਹੜਾ ਵੱਖ ਵੱਖ ਜਥੇਬੰਦੀਆਂ ਦੇ ਨਾਲ ਟਕਰਾਅ ਹੋਣਾ। ਅਤੇ ਸਰਕਾਰ ਨੂੰ ਜ਼ਰੂਰ ਜਿਹੜੀਆਂ ਬਣਦੀਆਂ ਮੰਗਾਂ ਨੇ ਬੇਰੁਜ਼ਗਾਰਾਂ ਦੀਆਂ ਉਹ ਮੰਨਣੀਆਂ ਚਾਹੀਦੀਆਂ, ਤਾਂ ਕਿ ਉਹ ਵੀ ਵਿਚਾਰੇ ਕਿਸੇ ਤਣ ਪੱਤਣ ਲੱਗ ਸਕਣ, ਜੇ ਕੋਈ ਚੰਗੀ ਨੌਕਰੀ ਮਿਲ ਜਾਵੇ ਉਹਨਾਂ ਨੂੰ, ਅਤੇ ਆਪਣੇ ਜੀਆਂ ਦਾ ਨਿਰਵਾਹ, ਪਰਿਵਾਰ ਦਾ ਨਿਰਵਾਹ ਕਰ ਸਕਣ, ਆਪਣਾ ਢਿੱਡ ਭਰ ਸਕਣ। ਸੋ ਇਸ ਪਾਸੇ ਸਰਕਾਰ ਨੂੰ ਜ਼ਰੂਰ ਸੋਚਣ ਦੀ ਲੋੜ ਆ। ਸੋ ਦਰਸ਼ਕੋ, ਇਹ ਸੀ ਪ੍ਰੋਗਰਾਮ ਲੋਕ ਸਭਾ। ਜੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜ਼ਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ। ਮੈਨੂੰ ਸੰਤੋਖ ਸਿੰਘ ਪੰਨੂ ਨੂੰ ਇੱਥੇ ਦੁਆ ਗਿਆ। ਸਤਿ ਸ਼੍ਰੀ ਅਕਾਲ।